ਫਾਇਦਾ ਜੀ ਸੈਂਟਰਲ ਬੈਂਕ ਬਰਨਾਲਾ ਉੱਥੇ ਵੀ ਦੋ ਤਿੰਨ ਮਹੀਨੇ ਲਾ ਕੇ ਹਾੜੀ ਅਸੀਂ ਫਿਰ ਮਾਰਕ ਹੋਇਆ ਅੰਦਰ ਆਪਣੇ ਦੀ ਬਰਨਾਲਾ ਕੋਆਪਰੇਟਿਵ ਮਾਰਕੀਟ ਸਾਡੀ ਉੱਥੇ ਦਿਨ ਚਾਰ ਜੋ ਫਾਇਦਾ ਆਈ ਅਸੀਂ ਦੋ ਵਾਰੀ ਮੈਂ ਪੰਜਾਬ ਪੁਲਿਸ ਭਰਤੀ ਵੀ ਨਾਲ ਦੇ ਰਹਿੰਦਾ ਜੀ ਮੈਂ ਆ ਜਾਂਦਾ ਮੈਂ ਡਰ ਲੱਗਦਾ ਫਿਰ ਮੈਂ ਐਸ ਟੀ ਓ ਦੇ ਆਰਡਰ ਹੋ ਗਏ ਬਰਨਾਲੇ ਚੌਂਕੀ ਉੱਥੇ ਵੀ 8 ਸਾਲ ਲਾਏ ਆਏ ਕੁੱਲ ਮਿਲਾ ਕੇ ਬਹੁਤ ਨੌਕਰੀਆਂ ਹੋ ਗਈਆਂ ਤੇ ਬਾਪੂ ਜੀ ਅੱਜ ਹਾਲਾਤ ਤਾਂ ਥੋੜੇ ਜੇ ਜੇ ਆਪਾਂ ਗੱਲ ਕਰ ਲਈਏ ਕਿ ਠੀਕ ਨਹੀਂ ਹੈਗੇ ਢਾਬੇ ਤੇ ਕੰਮ ਕਰਨਾ ਪੈ ਰਿਹਾ ਹੈਗਾ ਕੀ ਕਾਰਨ ਹੈ ਇੱਕ ਮੇਰੀ ਗੁੱਡੀਆ ਗਈ ਉਹਨਾਂ ਦੀ ਫੈਮਿਲੀ ਅੱਜ ਬਾਹਰ ਗਈ ਔਰ ਸੁਖੀ ਆਪਦੇ ਘਰੇ ਉਹਦੇ ਕਰਕੇ ਮੈਂ ਵੀ ਸੁਖੀ ਮੈਂ ਵੀ ਖੁਸ਼ੀ ਬੇਟੇ ਦੋ ਮੁੰਡੇ ਸੀ ਉਹਨਾਂ ਦੀ ਡੈਥ ਹੋ ਚੁੱਕੀ ਹੈ ਘਰ ਲਈ ਡੈਥ ਹੋ ਗਈ ਸੋਨਾ ਮੈਂ ਬਹੁਤ ਪਾਇਆ ਇੱਕ ਇਹਦਾ 10 ਤੋਲੇ ਸੋਨਾ ਲਿਆ ਇੱਕ ਕਿਲੋ 10 ਤੋਲੇ 10 ਤੋਲਾ ਮੈਂ ਕੜਾ ਬਣਵਾਇਆ ਸੀ ਬਾਕੀ ਘਰ ਦੇ ਨੇ ਸਾਰਿਆਂ ਨੇ ਚੁੰਮਾ ਸੀ ਸਤਿ ਸ਼੍ਰੀ ਅਕਾਲ ਪੇਂਡੂ ਨਿਊਜ਼ ਮੀਡੀਆ ਦੇਖ ਰਹੇ ਹੋ ਤੁਸੀਂ ਅਤੇ ਮੈਂ ਵੀਰਪਾਲ ਸ਼ੇਰਗਿੱਲ ਅੱਜ ਸਾਡੇ ਨਾਲ ਇੱਕ ਬਜ਼ੁਰਗ ਨੇ ਅਤੇ ਇਹਨਾਂ ਬਜ਼ੁਰਗਾਂ ਦੀ ਜ਼ਿੰਦਗੀ ਦੇ ਕਿੱਸੇ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਅਤੇ ਤੁਹਾਡੇ ਸਰੀਰ ਦੇ ਨਾ ਲੂੰ ਕੰਡੇ ਖੜੇ ਹੋ ਜਾਣਗੇ ਬਜ਼ੁਰਗਾਂ ਦੇ ਨਾਲ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਬਾਪੂ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਨੇ ਬਹੁਤ ਅੱਛੇ ਜੀ ਅਤੇ ਬਾਪੂ ਜੀ ਕਿੰਨਾ ਪੜ੍ਹੇ ਹੋ ਮੈਂ ਜੀ ਹਾਇਰ ਕੀਤੀ ਬਖਤਗੜ੍ਹ ਇੱਕ ਸਾਲ ਕਾਲਜ ਲਾਇਆ ਕਿਹੜੇ ਸਮੇਂ 'ਚ ਕੀਤੀ ਸੀ 66 ਚ ਬਾਪੂ ਉਸ ਸਮੇਂ ਬਹੁਤ ਲੋਕ ਘੱਟ ਪੜ੍ਹਦੇ ਹੁੰਦੇ ਸੀ ਮਾਪੇ ਪੜ੍ਹਾਉਂਦੇ ਨਹੀਂ ਸੀ ਹੁੰਦੇ ਫਿਰ ਤੁਸੀਂ ਕਿਵੇਂ ਪੜ੍ਹ ਗਏ ਸਾਡੇ ਲਿੰਕੀ ਸਰਦਾਰਾਂ ਰਹੇ ਸੀਗੇ ਉਹਨਾਂ ਦਾ ਵੀ ਹੌਸਲਾ ਕਰਦੇ ਸੀਗੇ ਜੀ ਬਾਕੀ ਆਪ ਮੈਨੂੰ ਉਹੀ ਪੜ੍ਹਨ ਦਾ ਸ਼ੌਕ ਦੀ ਹੈ ਕੁਛ ਪੜ੍ਹਨ ਦਾ ਸ਼ੌਕ ਸੀਗਾ ਕੁਛ ਪਰਿਵਾਰ ਪੱਖੋਂ ਵੀ ਬਹੁਤ ਸਹਾਇਤਾ ਹਾਂਜੀ ਹਾਂ ਪੂਰੀ ਸਹਾਇਤਾ ਮਿਲਦੀ ਬਾਪੂ ਜੀ ਫਿਰ ਨੌਕਰੀ ਮਿਲ ਗਈ ਹੋਣੀ ਹੈ ਉਸ ਸਮੇਂ ਹਾਂਜੀ ਹਾਂ ਨੌਕਰੀ ਮਿਲ ਗਈ ਸੀ ਕਿਹੜੀ ਕਿਹੜੀ ਨੌਕਰੀ ਕੀਤੀ ਪਹਿਲਾਂ ਜੀ ਸੈਂਟਰਲ ਬੈਂਕ ਬਰਨਾਲਾ ਉੱਥੇ ਵੀ 2-3 ਮਹੀਨੇ ਲਾ ਕੇ ਹਾੜੀ ਅਸੀਂ ਫਿਰ ਮਾਰਕ ਪਏ ਅੰਦਰ ਆਪਣੇ ਦੀ ਬਰਨਾਲਾ ਕੋਆਪਰੇਟਿਵ ਮਾਰਕੀਟ ਸਾਡੀ ਉੱਥੇ ਦਿਨ ਚਾਰ ਜੋ ਫਰਟੀਲਾਈਜ਼ਰ ਸੀ ਉਦੋਂ ਬਾਅਦ ਉੱਥੋਂ ਫਿਰ ਮੈਂ ਸਸਪੈਂਡ ਹੋਇਆ ਇਸ ਬੇਸੀ 11 ਦੋਸਤਾਂ ਬੇਸੀ ਹੋਇਆ ਸੀ ਉਦੋਂ ਬਾਅਦ ਦੋ ਵਾਰੀ ਮੈਂ ਪੰਜਾਬ ਪੁਲਿਸ ਭਰਤੀ ਦੇਖੀ ਨਾਲ ਦੇ ਰਹਿਤਾਂ ਜੀ ਮੈਂ ਆ ਜਾਂਦਾ ਸੀ ਮੈਨੂੰ ਡਰ ਲੱਗਦਾ ਸੀ ਫਿਰ ਮੈਂ ਐਸ ਟੀ ਓ ਦੇ ਆਰਡਰ ਹੋ ਗਏ ਬਰਨਾਲੇ ਚੌਂਕੀ 'ਚ ਉੱਥੇ ਵੀ 8 ਸਾਲ ਲਾਏ ਮਾਰਕੀਟ ਕਮੇਟੀ ਤਪਾ ਉੱਥੇ ਵੀ ਮੈਂ 7-8 ਮਹੀਨੇ ਲਾਏ ਉੱਥੇ ਹੋਰ ਨੇ ਮੇਰੇ ਥਾਂ ਆਪਦਾ ਆਰਡਰ ਕਰਾ ਲਏ ਸੀ ਉਦੋਂ ਬਾਅਦ ਜੀ ਐੱਮ ਸਾਹਿਬ ਨੇ ਮੇਰੇ ਆਰਡਰ ਕੀਤੇ ਪੀ ਆਰ ਟੀ ਸੀ ਦੇ ਵਿੱਚ ਉਹਨਾਂ ਦੀ ਟ੍ਰਾਂਸਫਰ ਹੋ ਗਈ ਆਰਡਰ ਵਿੱਚ ਹੀ ਰਹੀ ਆਰਡਰ ਵਿੱਚ ਹੀ ਰਹਿ ਗਏ ਰਹਿ ਗਏ ਜੀ ਤਕਰੀਬਨ 4-5 ਨੌਕਰੀਆਂ ਜਿਹੜੀਆਂ ਉਹ ਕਰ ਲਈਆਂ ਸਰਕਾਰੀ ਸਰਕਾਰੀ ਤਾਂ ਅਸਲ ਇੱਕੋ ਹੀ ਕੀਤੀ ਹੈ ਜੀ ਮਾਰਕਫੈਡ ਦੇ ਵਿੱਚ ਜਿਹੜੀ ਕੋਆਪਰੇਟਿਵ ਮਾਰਕੀਟ ਸੋਸਾਇਟੀ ਜਾਂ ਮਾਰਕੀਟ ਕਮੇਟੀ ਤਾਂ ਵਾ ਅਤੇ 2-3 ਮਹੀਨੇ ਲਾਏ ਸੀਗੇ ਸੈਂਟਰਲ ਬੈਂਕ ਦੇ ਵਿੱਚ ਫਿਰ ਵੀ ਕੁੱਲ ਮਿਲਾ ਕੇ ਬਹੁਤ ਨੌਕਰੀਆਂ ਹੋ ਗਈਆਂ ਅਤੇ ਬਾਪੂ ਜੀ ਅੱਜ ਹਾਲਾਤ ਥੋੜ੍ਹੇ ਜੇ ਆਪਾਂ ਗੱਲ ਕਰ ਲਈਏ ਕਿ ਠੀਕ ਨਹੀਂ ਹੈਗੇ ਢਾਬੇ 'ਤੇ ਕੰਮ ਕਰਨਾ ਪੈ ਰਿਹਾ ਹੈਗਾ ਕੀ ਕਾਰਨ ਰਹੇ ਕਾਰਨ ਇਹ ਹੈ ਵੀ ਜੇ ਮੈਂ ਨਾ ਕੰਮ ਕਰਦਾ ਮੇਰੇ ਪਰਿਵਾਰ ਦੇ ਵਿੱਚ ਹੈ ਹੀ ਕੋਈ ਨਹੀਂ ਹੈ ਕੰਮ ਕਰਨ ਵਾਲਾ ਕੌਣ ਕੌਣ ਹੈ ਪਰਿਵਾਰ ਸਾਲ ਹੋ ਗਏ ਮੈਨੂੰ ਇੱਥੇ ਕੰਮ ਕਰਦੇ ਨੂੰ ਕਿੰਨੇ ਸਾਲ 8 ਸਾਲ ਹੋ ਗਏ 8 ਸਾਲ ਹੋ ਗਏ ਉੱਥੇ ਕੰਮ ਕਰਦੇ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਇਸ ਵਾਰ ਇੱਕ ਦੋ ਮੇਰੇ ਪੋਤੇ ਹੈ ਇੱਕ ਮੇਰੀ ਪੋਤੀ ਹੈ ਇੱਕ ਮੇਰੀ ਗੁੱਡੀਆ ਵਿਆਹੀ ਹੋਈ ਹੈ ਉਹਨਾਂ ਦੀ ਫੈਮਿਲੀ ਅੱਜ ਦੀ ਬਾਹਰ ਗਈ ਵੀ ਹੈ ਔਰ ਸੁਖੀ ਆਪਦੇ ਘਰੇ ਉਹਦੇ ਕਰਕੇ ਮੈਨੂੰ ਵੀ ਸੁਖੀ ਮੈਂ ਵੀ ਖੁਸ਼ੀ ਬੇਟੇ ਦੋ ਮੁੰਡੇ ਸੀ ਜੀ ਉਹਨਾਂ ਦੀ ਡੈਥ ਹੋ ਚੁੱਕੀ ਹੈ ਘਰ ਲਈ ਡੈਥ ਹੋ ਗਈ ਉਦੋਂ ਬਾਅਦ ਮੇਰੀ ਨੂੰਹ ਦੀ ਡੈਥ ਹੋ ਗਈ ਅੱਛਾ ਨੂੰਹ ਦੀ ਵੀ ਡੈਥ ਪਿਛਲੇ ਸਾਲ ਹੀ ਹੋਈ ਹੈ ਨੂੰਹ ਦੀ ਡੈਥ ਪਿਛਲੇ ਸਾਲ ਹੋਈ ਹੈ ਅਤੇ ਪਹਿਲਾਂ ਦੋ ਅੱਛਾ ਚਾਰਾਂ ਦੀ ਇੱਕੋ ਸਾਲ ਇੱਕੋ ਸਾਲ ਦੋ ਮੁੰਡੇ ਮਰ ਗਏ ਇੱਕ ਨੂੰਹ ਦੀ ਡੈਥ ਹੋ ਗਈ ਅਤੇ ਨਾਲ ਹੀ ਬਾਪੂ ਜੀ ਦੀ ਪਤਨੀ ਵੀ ਉਹ ਵੀ ਗੁਜ਼ਰ ਗਏ ਅਤੇ ਬਾਪੂ ਜੀ ਫਿਰ ਕੁਛ ਸਮਾਂ ਹੀ ਇੱਦਾਂ ਦਾ ਰਿਹਾ ਅਤੇ ਉਸ ਸਮੇਂ ਫਿਰ ਕੀ ਕਾਰਨ ਰਹੇ ਸੀਗੇ ਜਿਹੜਾ ਪੈਸਾ ਨਹੀਂ ਜੁੜ ਸਕਿਆ ਅਤੇ ਹੁਣ ਬੁਢਾਪੇ 'ਚ ਉਹ ਪੈਸਾ ਕੰਮ ਨਹੀਂ ਆ ਰਿਹਾ ਇਹੋ ਜਿਹੀ ਜਦੋਂ ਕਿਸੇ 'ਤੇ ਵਿਸ਼ਵਾਸ ਕਰ ਰਹੀ ਹੈ ਜੀ ਮੈਂ ਕਿਹੜਾ ਕਿਸੇ ਦੇ ਵਿੱਚ ਬੜਿਆ ਹੁੰਦਾ ਸੀ ਮੇਰਾ ਮਗਰੋਂ ਕੁਛ ਵੀ ਨੁਕਸਾਨ ਕਰ ਸਕਦੇ ਸੀ ਔਰ ਘਾਟਾ ਜਿਹੜਾ ਇੰਚਾਰਜ ਮੈਂ ਸੀ ਘਾਟਾ ਮੈਨੂੰ ਪੈਣਾ ਸੀ
ਬਹੁਤ ਪੈਸਾ ਭਰਿਆ। ਉਸ ਵੇਲੇ ਫਿਰ ਬਹੁਤ ਖੱਬੀ ਖਾਨ ਪਰਿਵਾਰ ਸੀਗਾ, ਤੇ ਫਿਰ ਕੋਈ ਕਿੱਸਾ ਸੁਣਾਓ ਆਪਣਾ ਉਸ ਸਮੇਂ ਦਾ ਜਦੋਂ ਵਿਆਹ ਹੋਇਆ ਸੀਗਾ, ਉਦੋਂ ਵੀ ਪੈਸੇ ਬਹੁਤ ਹੋਣੇ ਫਿਰ ਪਰਿਵਾਰ ਕੋਲ, ਫਿਰ ਪੂਰਾ ਹੁੱਬ ਕੇ ਪੈਸੇ ਲਗਵਾਏ ਹੋਣੇ ਘਰਦਿਆਂ ਤੋਂ, ਜਿੱਦ ਕਰਕੇ ਮੁੰਡੇ ਕਰਦੇ ਨੇ ਗੇ ਜਵਾਨੀ ਪੈ ਰਹੇ ਐਵੇਂ। ਬਹੁਤ ਕੁਛ ਕੀਤਾ ਜੀ, ਬੜਾ ਸੋਹਣਾ ਵਿਆਹ ਕਰਾਇਆ। ਵਿਆਹ ਦੇ ਵਿਆਹ ਵਾਲੇ ਦਿਨ ਹੀ ਮੇਰੀ ਦਾਦੀ ਦੀ ਡੈਥ ਹੋ ਗਈ ਸੀ, ਉਦਣ ਹੀ ਫਿਰ ਉਹਦਾ ਵੀ ਪੂਰਾ ਹੀ ਕੀਤਾ ਪਿੰਡ ਦੇ ਵਿੱਚ, ਕੋਈ ਆ ਜਾਂਦੀ ਸੀ ਵੀ ਫਲਾਣੇ ਦੀ ਬੁੜੀ ਮਰ ਗਈ, ਇਹਦਾ ਕਹਿੰਦਾ ਹਾਂ ਕੀਤਾ ਹੈ। ਉਦੋਂ ਵੀ ਮਤਲਬ ਪੂਰਾ ਖੱਬੀ ਖਾਨ ਕਹਾਉਂਦਾ ਸੀ ਪਰਿਵਾਰ ਉਸ ਸਮੇਂ? ਹਾਂ ਜੀ ਪੂਰਾ ਜੀ। ਵਿਆਹ ਬੜੇ ਚਾਵਾਂ ਨਾਲ ਕੀਤਾ ਹੋਣਾ? ਵਿਆਹ ਬਿਲਕੁਲ ਜੀ, ਬਹੁਤ ਬਹੁਤ ਕੁਛ ਹੋਇਆ ਸੀ। ਯਾਦ ਆਉਂਦਾ ਬਾਪੂ ਉਸ ਸਮਾਂ? ਯਾਦ ਤਾਂ ਜੀ ਆਉਂਦਾ ਹੀ ਹੈ, ਚੰਗਾ ਸਮਾਂ ਤਾਂ ਹਮੇਸ਼ਾ ਹੀ ਯਾਦ ਰਹਿੰਦਾ ਹੈ। ਫਿਰ ਵਿਆਹ ਵੇਲੇ ਸੋਨਾ ਕਿੰਨਾ ਕੁ ਪਾਇਆ ਸੀਗਾ ਬੇਬੇ ਨੂੰ? ਸੋਨਾ ਮੈਂ ਬਹੁਤ ਪਾਇਆ ਸੀ ਜੀ। ਕਿੰਨਾ ਕੁ? 1 ਕਿਲੋ 10 ਤੋਲੇ ਸੋਨਾ ਲਿਆ ਸੀ। 1 ਕਿਲੋ 10 ਤੋਲੇ? 10 ਤੋਲੇ ਦਾ ਮੈਂ ਕੜਾ ਬਣਵਾਇਆ ਸੀ, ਬਾਕੀ ਘਰ ਦੇ ਨੇ ਸਾਰਿਆਂ ਦੀ ਚੁੰਮਾ ਸੀ। ਅੱਛਾ, 10 ਤੋਲੇ ਦਾ ਫਿਰ ਸ਼ੌਂਕੀ ਗੱਭਰੂ ਨੇ ਆਪਣੇ ਵਾਸਤੇ ਕੜਾ ਬਣਵਾ ਲਿਆ? ਹਾਂ ਬਸ ਹੁੰਦਾ ਜੀ, ਵਿਆਹ ਦਾ ਚਾਅ ਹੁੰਦਾ ਹੈ ਤਾਂ ਕਹਿੰਦਾ ਬਣਵਾ ਲੈਂਦੇ। ਫਿਰ 1 ਕਿਲੋ ਬੇਬੇ ਨੂੰ ਪਾਤਾ? ਪੂਰਾ ਪਾਇਆ ਸੀ। ਵਾਜਬਾ, ਬੇਬੇ ਨੂੰ ਫਿਰ ਸੱਗੀ ਫੁੱਲ ਪੂਰੇ ਸਾਰੇ ਸਜਾਏ ਹੋਣੇ? ਸੱਗੀ ਫੁੱਲ ਪੈਂਦੇ ਹੁੰਦੇ ਆ, ਇਹ ਹਾਰ ਹੂਰ ਜੇ ਹੁੰਦੇ ਸੀ, ਕੜੇ ਕੜੇ ਚੂੜੀਆਂ। ਅੱਛਾ, ਹਾਰ ਹੂਰ ਚੂੜੀਆਂ ਸਾਰਾ ਕੁਛ ਪਾਤਾ ਸੀ? ਹਾਂਜੀ ਸਾਹਿਬ। ਲੋਕੀ ਖੜ ਖੜ ਵੇਂਦੇ ਹੋਣੇ? ਹਾਂਜੀ ਦਿੰਦੇ ਹੀ ਸੀ, ਪੈਸੇ ਸਿੱਟੀ ਜਾਣੇ ਜੀ ਉੱਪਰ ਦੀ, ਕੋਈ ਚੱਕ ਲੈਂਦਾ ਕੋਈ ਪੈਦਾ ਥੱਲੇ ਵੀ ਆ ਜਾਂਦੇ ਸੀ। ਪੂਰੇ ਨੋਟ ਫਿਰ ਐਂ ਵਿਛਾ ਤੇ ਵਿਆਹ ਵੇਲੇ ਲਾ ਤਾ ਪੂਰਾ ਜ਼ੋਰ? ਪੂਰਾ ਜ਼ੋਰ ਲਾਇਆ ਸੀ। ਲੋਕੀ ਖੜ ਖੜ ਵੇਂਦੇ ਹੋਣੇ ਵਿਆਹ ਨੂੰ? ਬਸ ਜੀ ਇੱਦਾਂ ਹੀ ਹੈ, ਧਿਆਨ ਦੇਂਦੇ। ਬੇਟਿਆਂ ਨੂੰ ਕੀ ਹੋਇਆ ਸੀ? ਛੋਟੇ ਮੁੰਡੇ ਨੂੰ ਬੁਖਾਰ ਹੋ ਗਿਆ ਸੀਗਾ ਜੀ, ਉਹਦੀ ਬਰਨਾਲੇ ਹਸਪਤਾਲ 'ਚ ਡੈਥ ਹੋ ਗਈ ਸੀ। ਵੱਡਾ ਮੁੰਡਾ 30-35 ਸਾਲ ਦਾ ਸੀਗਾ, ਉਹ ਬਰਨਾਲੇ ਕੰਮ 'ਤੇ ਗਿਆ ਸੀ, ਉੱਥੇ ਤਿਲ ਕੇ ਡਿੱਪਿਆ ਸੀ। ਨੌਵੇਂ ਮਿੰਟ ਦਾ ਕੰਡ ਹੋਣ ਲੱਗਿਆ ਸੀ, ਦੁਬਾਰਾ ਦਬਾਉਣ ਚਲੇ ਗਏ ਭਦੌੜ, ਭਦੌੜ ਵਾਲਿਆਂ ਨੇ ਬਰਨਾਲੇ ਭੇਜਤਾ, ਬਰਨਾਲੇ ਵਾਲਿਆਂ ਨੇ ਪਟਿਆਲੇ, ਡੈਥ ਹੋ ਗਈ। ਘਰ ਦੇ ਵੀ ਥੋੜ੍ਹੀ ਜਿਹੀ ਆਈ ਸਾਈਡ ਵੀਕ ਸੀਗੀ, ਉਹ ਰੋਟੀ ਖਾਣ ਦਰ ਰੋਟੀ ਪਾਤੀ ਉਹਨਾਂ ਨੂੰ, ਉਹ ਕਹਿੰਦੀ ਮੈਂ ਰੋਟੀ ਆਖਿਆ ਨੇ ਕੱਪੜਾ ਵਿਛਾਇਆ ਵਾ, 5:15 ਵਜੇ ਦੀ ਗੱਲ ਹੈ, ਪੈਰ ਟਿਰ ਗਿਆ ਡੈਥ ਹੋ ਗਈ। ਅਤੇ ਫਿਰ ਘਰ ਦੀ ਨੂੰ ਫਿਲਮਾਂ ਫੁਲਮਾਂ ਪੂਰੀਆਂ ਦਿਖਾਈਆਂ ਹੋਣੀਆਂ ਜਵਾਨੀ ਪੈ ਰਹੀ? ਫਾਇਦਾ ਇੱਕੋ ਫਿਲਮ ਦੇਖੀ ਸੀ ਨਾਲ। ਇੱਕੋ ਫਿਲਮ ਦੇਖੀ ਸੀਗੀ, ਕਿਹੜੀ ਸੀ? ਉਹ ਸੀ ਜੀ ਮੇਰਾ ਸਾਇਆ। ਮੇਰਾ ਸਾਇਆ? ਉਸ ਵੇਲੇ ਬਹੁਤ ਘੱਟ ਲੋਕ ਹੁੰਦੇ ਸੀ ਜਿਹੜੇ ਫਿਲਮਾਂ ਫੁਲਮਾਂ ਦੇਖਣ ਜਾਂਦੇ ਸੀ, ਬਾਹਰ ਹੀ ਨਹੀਂ ਸੀ ਨਿਕਲਣ ਦਿੰਦੇ ਔਰਤਾਂ ਨੂੰ ਤਾਂ। ਬਸ ਜੀ ਜਦੋਂ ਪਰਿਵਾਰ ਸਾਡਾ ਖੁੱਲ੍ਹਾ ਹੀ ਰਿਹਾ ਜੀ, ਏਜੰਟ ਨਾਲ ਇਹਨਾਂ ਦਾ ਕੰਟੈਕਟ ਸੀ, ਪਰਿਵਾਰ ਸਾਡਾ ਕੋਈ ਆਇਆ ਨਹੀਂ ਸੀਗਾ ਵੀ, ਜਾਂ ਰੋਕ ਟੋਕ ਸੀ ਨਾ ਹੀ ਸਾਡੇ ਕੋਈ ਇਹਦੇ ਕਿਸੇ ਬੰਦੇ ਨੇ ਕੋਈ ਗਲਤ ਕੰਮ ਕੀਤਾ ਜਾਂ ਲਾਂਭਾ ਲਿਆ ਕਿਸੇ। ਫਿਲਮ ਦੇਖਣ ਗਏ ਕੋਈ ਕਿੱਸਾ ਹੋਇਆ ਹੋਵੇ ਉਹ ਵੀ ਦੱਸ ਦਿਓ ਸਾਨੂੰ। ਨਾ ਜੀ ਕਿੱਸਾ ਹੋ ਤਾਂ ਕਿਹੜਾ ਹੋਣਾ ਸੀ, ਸਿਨੇਮਾ ਦੇਖਿਆ ਨਾ, ਸਿਨੇਮਾ ਇੱਕ ਹੁੰਦਾ ਸੀ। ਅਤੇ ਫਿਰ ਅੱਜ ਜ਼ਿੰਦਗੀ ਤੋਂ ਸੰਤੁਸ਼ਟ ਹੋ ਬਾਪੂ ਜੀ? ਸੰਤੁਸ਼ਟ ਹਾਂ, ਮੇਰੇ ਜੋਬ ਸੈੱਟ ਨੇਗੇ, ਮੇਰੇ ਪੋਤੇ ਕੰਮ ਕਰਦੇ ਆ, ਜਿੰਨਾ ਕੁ ਕੰਮ ਕਰ ਲੈਂਦੇ ਹਾਂ ਉਹਨਾਂ ਕੁ ਘਰ ਬਣਾ ਲਈਦਾ। ਜਿੰਨਾ ਕੁ ਕੰਮ ਕਰ ਲੈਂਦੇ ਉਹਨਾਂ ਕੁ ਘਰ ਬਣਾ, ਕਿਸੇ ਤੋਂ ਲੈ ਕੇ ਨਹੀਂ ਕਰਨਾ। ਪਹਿਲਾਂ ਨਹੀਂ ਘਰ ਬਣਾਇਆ ਸੀਗਾ ਜਦੋਂ? ਪਹਿਲਾਂ ਬਹੁਤ ਵਧੀਆ ਸੀਗਾ ਜੀ, ਬਹੁਤ ਵਧੀਆ ਘਰ ਸੀਗਾ। ਉਹ ਜਦੋਂ ਸਾਡੇ 4 ਡੈਥਾਂ ਹੋ ਗਿਆ, ਲੋਕ ਕਹਿਣ ਲੱਗ ਗਏ ਮਾੜਾ ਫਲਾਣਾ ਧਮਕਾ, ਇਹਨੂੰ ਵੇਚ ਦਿਉ, ਐਂ ਕਰ ਦਿਉ। ਮੇਰਾ ਵੱਡਾ ਪੋਤਾ ਕਹਿੰਦਾ ਆਪਾਂ ਢਾ ਦਿੰਦੇ ਹਾਂ, ਢਾ ਕੇ ਦੁਬਾਰੇ ਬਣਾ ਲੈਂਦੇ ਹਾਂ ਵੀ ਹੌਲੀ ਹੌਲੀ, ਆਪਾਂ ਥਾਰ ਹੀ ਵੇਚਣਾ। ਚਲੋ ਜੀ ਇੰਨਾ ਕੁ ਬਣਾ ਲਿਆ, ਬਾਕੀ ਬਣਾ ਲਵਾਂਗੇ ਹੌਲੀ ਹੌਲੀ, ਜਵਾਕ ਬਣਾ ਲੈਣਗੇ, ਕੰਮ ਕਰਦੇ ਆ। ਬਜ਼ੁਰਗ ਦੀ ਜ਼ਿੰਦਗੀ ਦੇ ਕਿੱਸੇ ਬਹੁਤ ਸੀਗੇ ਅਤੇ ਉਹਨਾਂ ਨੇ ਗੱਲਾਂ ਬਾਤਾਂ ਸਾਡੇ ਨਾਲ ਬਹੁਤ ਸਾਂਝੀਆਂ ਕੀਤੀਆਂ। ਉਸ ਸਮੇਂ ਦੇ ਵਿੱਚ 4-5 ਨੌਕਰੀਆਂ ਕਰਨੀਆਂ ਬਹੁਤ ਵੱਡੀ ਗੱਲ ਸੀ। ਕੋਈ ਬੰਦਾ ਇੱਕ ਨੌਕਰੀ ਨੂੰ ਵੀ ਤਰਸਦਾ ਹੁੰਦਾ ਸੀ, ਪੜ੍ਹਨ ਨੂੰ ਲੋਕ ਤਰਸਦੇ ਹੁੰਦੇ ਸੀ, ਅਤੇ ਬਜ਼ੁਰਗ ਨੇ ਉਸ ਸਮੇਂ ਦੇ ਵਿੱਚ ਬਹੁਤ ਪੜ੍ਹਾਈ ਕੀਤੀ ਹੈਗੀ। ਅਤੇ ਅੱਜ ਕੁਝ ਸਥਿਤੀ ਐਸੀ ਹੋ ਗਈ ਕਿ ਜ਼ਿੰਦਗੀ ਥੋੜ੍ਹੀ ਜੇਕਰ ਆਪਾਂ ਕਹਿ ਲਈਏ ਕਿ ਨਾਰਾਜ਼ ਹੋ ਗਈ ਬਜ਼ੁਰਗਾਂ ਤੋਂ, ਪਰ ਉਹ ਗੱਲ ਗਲਤ ਨਹੀਂ ਹੋਊਗੀ। ਪਰ ਫਿਰ ਵੀ ਬਜ਼ੁਰਗ ਆਪਣੀ ਜ਼ਿੰਦਗੀ ਤੋਂ ਬਹੁਤ ਸੰਤੁਸ਼ਟ ਨੇ। ਅਜਿਹੀਆਂ ਹੋਰ ਵੀਡੀਓਜ਼ ਦੇ ਲਈ ਤੁਸੀਂ ਜੁੜੇ ਰਹੋ ਪੇਂਡੂ ਨਿਊਜ਼ ਮੀਡੀਆ ਦੇ ਨਾਲ।